ਆਪਾਂ ਸਵੇਰ ਤੋਂ ਹੀ ਇਹ ਕੰਮ 'ਤੇ ਲੱਗੇ ਹੋਏ ਕਿਉਂਕਿ ਸਾਡੀ ਮਜਬੂਰੀ ਹੈ ਨਾ, ਅਸੀਂ ਕੋਈ ਸ਼ੌਂਕ ਨੂੰ ਨਹੀਂ ਬੈਠੇ। ਇਹ ਗੱਲ ਸਾਡੀ ਪ੍ਰਸ਼ਾਸਨ ਵੀ ਸਮਝਦਾ, ਨਹੀਂ ਸਮਝਦਾ ਆਪ ਹੀ ਸਮਝ ਲਊਗਾ। ਕਿਉਂਕਿ ਲੇਹ ਕਲਾਂ ਦੇ ਵਿੱਚ ਇੱਕ ਟਿੱਬਾ ਪੱਧਰਾ ਕਰ ਰਿਹਾ ਕਿਸਾਨ ਆਪਣੇ ਵਿੱਚੇ, ਇੱਥੇ ਤਿੰਨ ਵਾਰ ਕੰਮ ਰੋਕਿਆ ਗਿਆ ਉਹਨਾਂ ਦਾ। ਅਸੀਂ ਫਿਰ ਇੱਥੇ ਆਇਆ, ਅਸੀਂ ਇਹ ਪਹਿਲੀ ਵਾਰ ਨਹੀਂ ਆਏ। ਅਸੀਂ ਇਹ ਗੱਲ 'ਤੇ ਤਾਂ ਬੈਠੇ ਸੀ ਵੀ ਮੁੱਖ ਮੰਤਰੀ ਸਾਡੇ ਨਾਲ ਮੀਟਿੰਗ ਦੇ ਵਿੱਚ ਕੁਛ ਹੋਰ ਕਹਿ ਰਿਹਾ, ਥੱਲੇ ਕੁਛ ਹੋਰ ਹੋ ਰਿਹਾ। ਅਸੀਂ ਇਹ ਗੱਲ 'ਤੇ ਪ੍ਰਸ਼ਾਸਨ ਦਾ ਸਪਸ਼ਟੀਕਰਨ ਚਾਹੁੰਦੇ ਹਾਂ। ਪ੍ਰਸ਼ਾਸਨ ਸਪਸ਼ਟੀਕਰਨ ਦੇਣ ਵਾਸਤੇ ਤਿਆਰ ਹੈ, ਆਪਾਂ ਵੀ ਤਿਆਰ ਹਾਂ। ਆਪਾਂ ਵੀ ਪਿੰਡਾਂ 'ਚ ਆਉਂਦੇ ਹਾਂ, ਇਹ ਵੀ ਸਾਡੇ ਪਿੰਡਾਂ 'ਚੋਂ ਨੇ, ਉਹ ਪੁਲਿਸ ਵਾਲੇ ਹੋਣ, ਇਹ ਜੇਈ ਸਾਹਿਬ ਹੋਣ, ਕੋਈ ਵੀ ਹੋਣ, ਸਾਨੂੰ ਕੋਈ ਫਰਕ ਨਹੀਂ। ਪਰ ਸਾਨੂੰ ਇਹ ਦੁੱਖ ਨਾਲ ਕਹਿਣਾ ਪੈਂਦਾ ਕਈ ਵਾਰ ਪ੍ਰਸ਼ਾਸਨ ਦਾ ਸਾਡੇ ਨਾਲ ਵਤੀਰਾ ਠੀਕ ਨਹੀਂ ਹੁੰਦਾ। ਫਿਰ ਵੀ ਅਸੀਂ ਇੱਥੇ ਬੈਠੇ ਹਾਂ, ਆਪਾਂ ਗੱਲ ਨਿਬੇੜਨਾ ਚਾਹੁੰਦੇ ਹਾਂ। ਸਾਡੀ ਆਪਣੀ ਇਹ ਮੰਗ ਸੀ ਵੀ ਪ੍ਰਸ਼ਾਸਨ ਸਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਵੇ ਵੀ ਸਾਡੇ ਖੇਤਾਂ ਦੇ ਵਿੱਚ ਕੱਲ੍ਹ ਨੂੰ ਜਾ ਕੇ ਸਾਨੂੰ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਹ ਗੱਲ 'ਤੇ ਪ੍ਰਸ਼ਾਸਨ ਆ ਗਿਆ। ਅਸੀਂ ਬੇਨਤੀ ਕਰਦੇ ਹਾਂ ਜੇਈ ਸਾਹਿਬ, ਜਿਨ੍ਹਾਂ ਨੇ ਵਾਰ ਵਾਰ ਜਾ ਕੇ ਬੰਦ ਕਰਾਇਆ ਕੰਮ, ਉਹ ਆ ਕੇ ਆਪਦੀ ਇਹ ਗੱਲ 'ਤੇ ਸਪਸ਼ਟੀਕਰਨ ਦੇਣ। ਬਾਜੂ ਜੀ ਸਾਹਿਬ, ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ, ਮਤਲਬ ਇਹ ਸਾਨੂੰ ਵੀ ਵਧੀਆ ਲੱਗਦਾ ਹੈ ਨਾ ਕਿ ਵਾਰ ਵਾਰ ਸਾਨੂੰ ਕੋਈ ਦਿੱਕਤ ਹੋਵੇ ਜਾਂ ਤੁਹਾਨੂੰ ਕੋਈ ਦਿੱਕਤ ਹੋਵੇ, ਅਤੇ ਸਾਡੀ ਵੀ ਮਜਬੂਰੀ ਹੁੰਦੀ ਹੈ ਤਾਂ ਕਰਕੇ ਸਾਨੂੰ ਜਾਣਾ ਪੈਂਦਾ। ਪਰ ਮੈਂ ਵਿਸ਼ਵਾਸ ਲੈਂਦਾ ਕਿ ਨਾ ਪਹਿਲਾਂ ਕਿਸੇ ਨਾਲ ਕੋਈ ਬਦਸਲੂਕੀ ਹੋਈ ਹੈ, ਨਾ ਹੋਏਗੀ, ਅਤੇ ਨਾ ਕੋਈ ਨਜਾਇਜ਼ ਪਰਚਾ ਹੋਇਆ, ਨਾ ਹੋਏਗਾ, ਅਤੇ ਤੁਹਾਡੇ ਨਾਲ ਪੂਰਾ ਸਹਿਯੋਗ ਕੀਤਾ ਜਾਊਗਾ। ਲੋਕ ਏਕਤਾ ਜਿੰਦਾਬਾਦ, 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 ਕਿਸਾਨ ਯੂਨੀਅਨ ਏਕਤਾ ਗਰਾਹਾਂ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਹੁਣ ਆਪਣੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸੂਬਾ ਸੰਗਤਪੁਰਾ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ। ਸੂਬਾ ਸਿੰਘ ਸੰਗਤਪੁਰਾ, ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ, ਮਜ਼ਦੂਰ ਭਰਾਵੋ, ਸਾਡੀ ਭੈਣੋ, ਸਾਡੇ ਮੁਲਾਜ਼ਮ ਸਾਥੀ ਬਾਈ, ਆਪਣੀ ਤਾਂ ਸਿਰਫ ਆਪਣੇ ਨੂੰ ਬੇਨਤੀ ਹੈ ਵੀ ਜਦੋਂ ਕਿਤੇ ਇਹੋ ਜਿਹੀ ਦਿੱਕਤ ਆਉਂਦੀ ਹੈ ਉੱਥੇ ਪਿੰਡ 'ਚ ਘੇਰ ਕਰਾਈ ਕਰਿਆ ਕਰੋ, ਮਹਿਕਮੇ ਦੀ ਚਾਹੇ ਕੋਈ ਵੀ ਹੋਵੇ। ਆਪਣੇ ਲਵੇ ਤਾਂ ਸਿਰਫ ਆਹੀ ਹੱਲ ਹੈ ਲੋਕਾਂ ਨੂੰ ਜਗਾ ਕੇ ਵੀ ਕਿਹੜੀ ਗੱਲ 'ਤੇ, ਜੇ ਆਪਾਂ ਨੂੰ ਖੇਤਾਂ 'ਚ ਬਣੀ ਕੰਮ ਕਰ ਦਿੰਦੇ ਫਿਰ ਇਦੂ ਤਾਂ ਮਾੜੀ ਗੱਲ ਹੈ। ਇਹ ਜਿਹੜਾ ਕੁਰਿਆ ਕੇ ਕਰੇ ਇਹ ਪਿੰਡਾਂ 'ਚ ਹੋਣਾ ਚਾਹੀਦਾ, ਉੱਥੇ ਘੇਰ ਲਿਆ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, ਜਿੰਦਾਬਾਦ। ਕੰਮ ਪੈਂਦਾ ਨਾ।